ਲਾਈਫਸਟਾਈਲ ਵਿਦ ਨੀਰਜ ਵਿੱਚ ਤੁਹਾਡਾ ਸਵਾਗਤ ਹੈ। ਚਲੋ ਅੱਜ ਅਸੀਂ ਗੱਲ ਕਰਨੀ ਹੈ ਨਿਯਮਿਤ ਸਰੀਰਕ ਵਿਆਮ ਦੀ, ਇਹ ਕਿਉਂ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਅਤੇ ਇਹਨਾਂ ਦੇ ਕਿਹੜੇ ਫਾਇਦੇ ਹੈ। ਚਲੋ ਇਹਨਾਂ ਫਾਇਦਿਆਂ ਨੂੰ ਗਿਣੀਏ ਅਤੇ ਇਹਨਾਂ ਉਹਨਾਂ 'ਤੇ ਸੋਚ ਵਿਚਾਰ ਕਰੀਏ। ਇਹ ਰੋਜ਼ਾਨਾ ਦਾ ਵਿਆਮ ਸਾਨੂੰ ਇੱਕ ਸਵਸਥ ਵਜ਼ਨ 'ਤੇ, ਸਰੀਰਕ ਵਜ਼ਨ 'ਤੇ ਪਹੁੰਚਾ ਸਕਦਾ ਅਤੇ ਉੱਥੇ ਫਿਰ ਅਸੀਂ ਉਹਨੂੰ ਬਰਕਰਾਰ ਕਰ ਸਕਦੇ ਹਾਂ ਵਿਆਮ ਦੇ ਨਾਲ। ਤੁਸੀਂ ਜਾਣਦੇ ਹੋਵੋਗੇ ਕਿ ਸਰੀਰ ਦੇ 1 ਪਾਉਂਡ ਦੇ ਵਜ਼ਨ ਦੇ ਵਿੱਚ 3500 ਕੈਲੋਰੀਆਂ ਹੁੰਦੀਆਂ ਹਨ। 1 ਘੰਟਾ ਸਟੈਪਰ ਮਸ਼ੀਨ 'ਤੇ ਸਿਰਫ 532 ਕੈਲੋਰੀਜ਼ ਹੀ ਬਰਨ ਹੁੰਦੀਆਂ ਹੈ। ਇਸ ਕਰਕੇ ਤੁਸੀਂ ਦੇਖ ਰਹੇ ਹੋ ਕਿ 1 ਪਾਉਂਡ ਘਟਾਉਣ ਲਈ 7 ਘੰਟੇ ਦੀ ਜ਼ਬਰਦਸਤ ਵਿਆਮ ਦੀ ਜ਼ਰੂਰਤ ਹੈ। ਜੇ ਮੈਂ ਆਪਣੇ ਖਾਣੇ 'ਚੋਂ 500 ਕੈਲੋਰੀਜ਼ ਰੋਜ਼ਾਨਾ ਘਟਾਵਾਂ ਤਾਂ ਮੈਂ 1 ਹਫ਼ਤੇ ਦੇ ਵਿੱਚ ਸਿਰਫ 1 ਪਾਉਂਡ ਹੀ ਘਟਾ ਸਕਦੀ ਹਾਂ। ਬਹੁਤ ਜ਼ੋਰਦਾਰ ਜ਼ਬਰਦਸਤ ਵਿਆਮ ਨਾਲ ਹੀ ਅਸੀਂ ਵਜ਼ਨ ਨੂੰ ਘਟਾ ਸਕਦੇ ਹਾਂ, ਪਰ ਇੱਕ ਹੋਰ ਚੀਜ਼ ਹੈ ਜਿਹੜੀ ਅਸੀਂ ਕਰ ਸਕਦੇ ਹਾਂ, ਉਹ ਹੈ ਆਪਣੇ ਖਾਣੇ 'ਚੋਂ ਕੈਲੋਰੀਜ਼ ਨੂੰ ਘਟਾ ਦੇਈਏ, ਉਹਦੇ ਨਾਲ ਅਸੀਂ ਵਜ਼ਨ ਨੂੰ ਘਟਾ ਸਕਦੇ ਹਾਂ। ਇਸ ਦੁਨੀਆ ਦੇ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਕੁਝ ਹੈ ਹਿਰਦੇ ਦੀਆਂ ਬਿਮਾਰੀਆਂ, ਸਟ੍ਰੋਕ, ਫੇਫੜੇ ਅਤੇ ਆਂਤਾਂ, ਲੰਗ ਅਤੇ ਕੋਲਨ ਕੈਂਸਰ, ਮਧੂਮੇਹ। ਸਰੀਰਕ ਵਿਆਮ ਰੋਜ਼ਾਨਾ ਕਰਨ ਦੇ ਨਾਲ ਅਸੀਂ ਇਹ ਜੋਖਿਮਦਾਰ ਬਿਮਾਰੀਆਂ ਦਾ ਖਤਰਾ ਘਟਾ ਸਕਦੇ ਹਾਂ। ਮੈਟਾਬੋਲਿਕ ਸਿੰਡਰਮ ਇੱਕ ਉਸ ਪ੍ਰਕਾਰ ਦੀ ਬਿਮਾਰੀਆਂ ਦਾ ਮੇਲ ਹੈ ਜਿਹਦੇ ਵਿੱਚ ਜ਼ਿਆਦਾ ਬਲੱਡ ਪ੍ਰੈਸ਼ਰ, ਘੱਟ HDL, ਜ਼ਿਆਦਾ ਟ੍ਰਾਈਗਲਾਈਸਰਾਈਡਸ ਅਤੇ ਜ਼ਿਆਦਾ ਬਲੱਡ ਸ਼ੂਗਰ। ਪਰ ਅਸੀਂ ਰੋਜ਼ਾਨਾ ਵਿਆਮ ਦੇ ਨਾਲ ਬਲੱਡ ਗਲੂਕੋਜ਼ ਦੀ ਮਾਤਰਾ ਨੂੰ ਘਟਾ ਸਕਦੇ ਹਾਂ, ਬਲੱਡ ਪ੍ਰੈਸ਼ਰ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਅਤੇ ਕੋਲੈਸਟਰੋਲ ਦੀ ਮਾਤਰਾ ਨੂੰ ਵੀ ਬਿਹਤਰ ਕਰ ਸਕਦੇ ਹਾਂ। ਵਿਗਿਆਨਿਕ ਅਨੁਸਾਧਨਾਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਜਿਹੜੇ ਲੋਕ ਸਰੀਰਕ ਰੂਪ ਨਾਲ ਸਕ੍ਰਿਯ ਹੁੰਦੇ ਨੇ ਉਹਨਾਂ ਲੋਕਾਂ ਦੇ ਵਿੱਚ ਕੋਲਨ ਕੈਂਸਰ ਘੱਟ ਹੁੰਦਾ ਹੈ ਅਤੇ ਜਿਹੜੀਆਂ ਔਰਤਾਂ ਸਰੀਰਕ ਰੂਪ 'ਚ ਸਕ੍ਰਿਯ ਹੁੰਦੀਆਂ ਨੇ ਉਹਨਾਂ 'ਚ ਬ੍ਰੈਸਟ ਕੈਂਸਰ ਦਾ ਰੇਟ ਵੀ ਘੱਟ ਹੁੰਦਾ ਵੈ। ਤੁਹਾਨੂੰ ਇਸ ਚੀਜ਼ ਦਾ ਗਿਆਨ ਹੋਏਗਾ ਕਿ ਸਾਡੀ ਸਰੀਰਕ ਸ਼ਕਤੀ ਜਿਹੜੀ ਹੈ ਉਹ 30 ਸਾਲਾਂ ਤੱਕ ਵੱਧਦੀ ਹੈ ਅਤੇ ਚੋਟੀ 'ਤੇ ਪਹੁੰਚਦੀ ਹੈ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਸਰੀਰਕ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਆਪਣੀਆਂ ਹੱਡੀਆਂ ਦਾ, ਜੋੜਾਂ ਦਾ ਅਤੇ ਮਾਸਪੇਸ਼ੀ ਦੀ ਰੱਖਿਆ ਕਰਨੀ ਚਾਹੀਦੀ ਹੈ। ਵਿਗਿਆਨਿਕ ਅਨੁਸਾਧਨ ਇਹ ਸਾਬਿਤ ਕਰਦੇ ਨੇ ਕਿ ਜੇ ਅਸੀਂ ਐਰੋਬਿਕ ਐਕਸਰਸਾਈਜ਼ ਕਰੀਏ, ਮਾਸਪੇਸ਼ੀ ਅਤੇ ਹੱਡੀਆਂ ਸਮਰੱਥ ਜਿਹੜਾ ਵਿਆਮ ਅਤੇ ਉਹ ਸਾਡੀ ਅਸਥੀਆਂ ਦੀ ਸੁਗੰਧਾਂ ਨੂੰ ਵੀ ਵਧਾਉਂਦਾ, ਉਹਨਾਂ ਨੂੰ ਮਜ਼ਬੂਤ ਕਰਦਾ ਅਤੇ ਕਾਇਮ ਕਰਦਾ ਹੈ। ਇਹ ਜਿਹੜਾ ਰੋਜ਼ਾਨਾ ਵਿਆਮ ਹੈ ਉਹ ਬਜ਼ੁਰਗਾਂ ਦੇ ਵਿੱਚ ਕੁੱਲੇ ਦਾ ਫ੍ਰੈਕਚਰ, ਹਿਪ ਫ੍ਰੈਕਚਰ ਜਿਹੜਾ ਹੈ ਉਹਦਾ ਜੋਖਿਮ ਵੀ ਅਤੇ ਉਹਦਾ ਖਤਰਾ ਘਟਾਉਂਦਾ ਹੈ। ਜਿਹੜੇ ਲੋਕਾਂ ਨੂੰ ਗਠੀਆਂ ਦੀ ਪੇਨ ਹੈਗੀ ਹੈ, ਦਰਦ ਰਹਿੰਦਾ, ਉਹਨਾਂ ਨੂੰ ਇਸ ਦਰਦ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ ਅਤੇ ਸਾਨੂੰ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਹਿਲਣ ਡੁੱਲਣ ਦੇ ਵਿੱਚ ਸਾਡੀ ਬੜੀ ਮਦਦ ਕੀਤੀ ਜਾਂਦੀ ਹੈ ਵਿਆਮ ਦੇ ਨਾਲ। ਨਿਯਮਿਤ ਵਿਆਮ, ਰੋਜ਼ਾਨਾ ਵਿਆਮ ਬਹੁਤ ਜ਼ਰੂਰੀ ਹੈ। ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਸਾਡਾ ਸੰਤੁਲਨ ਜਿਹੜਾ ਹੈ ਉਹ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਵਿਆਮ ਦੇ ਨਾਲ ਸੰਤੁਲਨ ਦੇ ਵਿੱਚ ਸੁਧਾਰ ਆਉਂਦਾ ਹੈ ਅਤੇ ਗਿਰਨੇ ਦੇ ਖਤਰੇ ਵੀ ਘੱਟ ਜਾਂਦੇ ਨੇ। ਵਿਆਮ ਨਾਲ ਸਾਡੀ ਦੈਨਿਕ ਗਤੀਵਿਧੀਆਂ ਦੀ ਵਿੱਚ ਜਿਹੜੀ ਯੋਗਤਾ ਹੈ ਉਹ ਵੱਧ ਜਾਂਦੀ ਹੈ ਔਰ ਵਿਆਮ ਸਰੀਰ ਨੂੰ ਗਠੀਲਾ ਵੀ ਬਣਾਉਂਦਾ ਹੈ। ਨਿਯਮਿਤ ਵਿਆਮ ਜਿਹੜਾ ਹੈ, ਰੋਜ਼ਾਨਾ ਦਾ ਵਿਆਮ ਸਾਡੀ ਮਾਨਸਿਕ ਮਨੋਦਸ਼ਾ ਨੂੰ ਵੀ ਬਿਹਤਰ ਕਰਦਾ ਹੈ।
ਇਹਦੇ ਨਾਲ ਡਿਪਰੈਸ਼ਨ, ਚਿੰਤਾ, ਆਕਸਮਿਕ ਭਏ, ਵਿਕਾਰ, ਡਰਨ ਵਾਲੀਆਂ ਜਿਹੜੀਆਂ ਸਾਡੀਆਂ ਭਾਵਨਾਵਾਂ ਹੈਗੀਆਂ ਉਹ ਘੱਟ ਜਾਂਦੀਆਂ ਹੈ। ਇਹਦੇ ਨਾਲ ਸਰੀਰ ਦੀ ਛਵੀ ਬਿਹਤਰ ਹੁੰਦੀ ਹੈ ਅਤੇ ਸਾਡਾ ਸੁਭਾਅ ਵੀ ਅੱਛਾ ਹੁੰਦਾ ਹੈ। ਵਿਆਮ ਜਿਹੜਾ ਹੈ ਸੌਣ ਦੇ ਵਿੱਚ ਵੀ ਦੇ ਤਰੀਕੇ ਨੂੰ ਵੀ ਬਿਹਤਰ ਕਰਦਾ ਹੈ, ਕਿਉਂਕਿ ਉਹਦੇ ਇਹਦੇ ਨਾਲ ਸਰਕਾਡੀਅਨ ਲੈ ਜਿਹੜੀ ਹੈ ਦਿਨ ਦੇ ਵਿੱਚ ਜਿਹੜੀ ਸਾਡਾ ਜਾਗਣਾ ਚੇਤਾਵਨੀ ਵੱਧ ਜਾਂਦੀ ਹੈ ਅਤੇ ਰਾਤ ਨੂੰ ਸਾਨੂੰ ਅੱਛੀ ਗਹਿਰੀ ਨਿਦਰਾ ਪ੍ਰਦਾਨ ਹੁੰਦੀ ਹੈ। ਇਹਦੇ ਵਿੱਚ ਸੁਭਾਅ ਦੀ ਬਿਹਤਰੀ ਅਤੇ ਇਹਦੇ ਨਾਲ ਤਣਾਅ ਘੱਟਦਾ ਹੈ। ਰੋਜ਼ਾਨਾ ਵਿਆਮ ਨਾਲ ਭੁੱਖ ਜਿਹੜੀ ਹੈ ਉਹ ਨਿਯੰਤਰਣ 'ਚ ਰਹਿੰਦੀ ਹੈ। ਵਿਗਿਆਨਿਕ ਅਨੁਸਾਧਨਾਂ ਨਾਲ ਇਹ ਪਤਾ ਚੱਲਦਾ ਹੈ ਕਿ ਜਿਹੜਾ ਭੁੱਖ ਨੂੰ ਵਧਾਉਣ ਵਾਲਾ ਹਾਰਮੋਨ ਹੈ ਗ੍ਰੈਲਿਨ, ਉਹਦਾ ਦਰ ਘੱਟ ਜਾਂਦਾ ਹੈ ਅਤੇ ਜਿਹੜਾ ਭੁੱਖ ਨੂੰ ਦਬਾਉਂਦਾ ਹੈ ਪੈਪਟਾਈਡ ਵਾਈ ਵਾਈ ਹਾਰਮੋਨ ਉਹ ਵੱਧ ਜਾਂਦਾ ਹੈ ਸਾਡੇ ਖੂਨ ਦੇ ਵਿੱਚ। ਅਤੇ ਵਿਆਮ ਦੇ ਲਾਭ ਜਿਹੜੇ ਨੇ ਉਹ ਅਣਗਿਣਤ ਹੈ। ਇਹਦੇ ਨਾਲ ਸਾਨੂੰ ਇੱਕ ਅੱਛਾ ਸਵਾਸਥ ਲੰਬਾ ਜੀਵਨ ਪ੍ਰਦਾਨ ਹੁੰਦਾ ਹੈ। ਇਸ ਕਰਕੇ ਵਿਆਮ ਨੂੰ ਮਜਬੂਰੀ ਨਾ ਸਮਝੋ, ਇਹਨੂੰ ਮਜ਼ਾ ਸਮਝੋ ਅਤੇ ਜਿਹੜਾ ਪਰਿਸ਼ਰਮ ਹੈ ਸਾਡਾ ਉਹਦਾ ਤੁਸੀਂ ਫਾਇਦਾ ਚੁੱਕੋ। ਤੁਹਾਡਾ ਇਹ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ। ਆਸ਼ਾ ਹੈ ਕਿ ਤੁਹਾਨੂੰ ਇਹਦੇ ਤੋਂ ਥੋੜ੍ਹੀ ਜਾਣਕਾਰੀ ਪ੍ਰਾਪਤ ਹੋਏਗੀ। ਫਿਟਨੈਸ ਦਾ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਆਪਣੇ ਡਾਕਟਰ ਦਾ ਮਸ਼ਵਰਾ ਜ਼ਰੂਰ ਲੈਣਾ ਅਤੇ ਹਰ ਪ੍ਰੋਗਰਾਮ ਨੂੰ ਹੌਲੀ ਹੌਲੀ ਕਰਕੇ ਵਧਾਉਣਾ।